ਦੁਪਹਿਰ ਨੂੰ ਲੁੱਟ ਦੀ ਵਾਰਦਾਤ ਹੋਣ ਤੋਂ ਬਾਅਦ ਸ਼ਾਮ ਕਿਰਪਾਨਾ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਗਵਾਨ ਵਾਲਮੀਕ ਚੌਕ ਨੇੜੇ ਇੱਕ ਮਾਰਕੀਟ ਵਿੱਚ ਦੋ ਧਿਰਾਂ ਵਿੱਚ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਮਾਰਕੀਟ ਦੇ ਅੰਦਰ ਹੀ ਕਿਰਪਾਨਾ ਚੱਲੀਆਂ। ਇਸ ਹਮਲੇ ਵਿੱਚ ਕਈ ਵਿਅਕਤੀ ਜ਼ਖਮੀ ਵੀ ਹੋਏ ਨੇ। ਦੱਸਿਆ ਜਾ ਰਿਹਾ ਕਿ ਸਾਰਾ ਵਿਵਾਦ ਪਾਰਕਿੰਗ ਦੀ ਫੀਸ ਨੂੰ ਲੈ ਕੇ ਹੋਇਆ, ਜਿਸ ਤੋਂ ਬਾਅਦ ਇੱਕ ਨੌਜਵਾਨ ਨੇ ਕਿਰਪਾਨ ਕੱਢ ਲਈ ਅਤੇ ਦੂਸਰੇ ਲੜਕੇ 'ਤੇ ਹਮਲਾ ਕਰ ਦਿੱਤਾ। ਦੋਵੇਂ ਧਿਰਾਂ ਨੇ ਇੱਕ ਦੂਜੇ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਨੇ। ਆਪਾਂ ਇੱਥੇ ਪਾਰਕਿੰਗ 'ਚ ਕੰਮ ਕਰਦੇ ਹਾਂ, ਦਿਹਾੜੀਆਂ ਲਾਉਂਦੇ ਹਾਂ, 300 ਰੁਪਏ ਆਪਾਂ ਦਿਹਾੜੀ ਲੈਂਦੇ ਹਾਂ। ਇੱਥੇ ਆਣ ਕੇ ਨਾ ਗੱਡੀ ਇਹਨਾਂ ਦੀ ਕਢਾਉਣ ਦੇ, ਆਪਾਂ ਪਰਚੀ ਆਪਾਂ ਇਹਨਾਂ ਦੀ ਪੁੱਛੀ ਕਿੰਨੇ ਪੈਸੇ, ਕਹਿੰਦੇ ਜੀ 50 ਰੁਪਏ। ਆਪਾਂ ਕਹਿੰਦੇ ਸ਼ਹਿਰੀ ਦੀ ਦੁਕਾਨ ਤੋਂ ਆਏ, ਆਪਾਂ ਜਾਣ ਦਿੱਤਾ, ਚਲੋ ਕਹਿੰਦੇ ਚਲ ਜਾਓ। ਉੱਤਰ ਕੇ ਇਹਨਾਂ ਨੇ ਧੱਕੇ ਮਾਰਨੇ ਸ਼ੁਰੂ ਕਰਤੇ, ਸ਼ਹਿਰੀ ਇੱਥੇ ਕਹਿੰਦੇ ਹੁਣੇ ਆਏਗਾ, ਧੱਕੇ ਮਾਰਨੇ ਸ਼ੁਰੂ ਕਰਤੇ। ਜਿੱਦਾਂ ਹੀ ਧੱਕੇ ਮਾਰਨੇ, ਖੰਡੇ ਕੱਢ ਕੇ ਸਿੱਧਾ ਹੀ ਉਹਦਾ ਕੰਨ ਲਾਤਾ ਅਤੇ ਗੁੱਟ ਵੜਤਾ ਉਹਦਾ ਛਡਾਉਣ। 5 ਜਣੇ ਹੀ ਹੈ, ਸਿਰਫ ਗੱਡੀ ਕਢਾਉਣ ਦੇ ਅਤੇ ਪੈਸੇ ਮੰਗਣ ਦੇ ਗੱਲ 'ਤੇ, ਪਾਰਕਿੰਗ ਦੀ ਫੀਸ 50 ਰੁਪਏ ਮੰਗਣ ਦੇ। 5 ਜਣਿਆਂ ਨੇ ਅਸੀਂ ਸ਼ਹਿਰੀ ਭਾਜੀ ਕੋਲ ਆਏ ਸੀਗੇ, 10 ਮਿੰਟ ਅਸੀਂ ਆਏ ਸੀਗੇ, ਕੋਈ ਕੰਮ ਸੀਗਾ, ਅਤੇ ਸ਼ਹਿਰੀ ਭਾਜੀ ਕੋਲ 10 ਮਿੰਟ ਅਸੀਂ ਆਏ ਸੀਗੇ। ਅਤੇ ਉਹ ਜਦੋਂ ਅਸੀਂ ਆਏ ਹਾਂ ਪਾਰਕਿੰਗ ਦੇ ਵਿੱਚ, ਅਸੀਂ ਉਹ ਲਾ ਦਿੱਤੀ ਆਪਣੀ ਗੱਡੀ। ਜਦੋਂ ਗੱਡੀ ਲਾਈ ਤਾਂ ਕਹਿੰਦੇ ਜੀ ਆਪਣਾ ਉਹ ਦਿਓ, ਪਰਚੀ ਕਟਾਇਓ। ਮੈਂ ਕਿਹਾ ਜੀ 5 ਮਿੰਟ ਸ਼ਹਿਰੀ ਭਾਜੀ ਕੋਲ ਜਾਣਾ, ਹੁਣੀ ਆ ਜਾਣਾ। ਕਹਿੰਦੇ ਚਲੋ ਠੀਕ ਹੈ ਜਾਓ। ਅਸੀਂ ਸ਼ਹਿਰੀ ਭਾਜੀ ਕੋਲ 5 ਮਿੰਟ ਗਏ, ਚਲੋ 10 ਮਿੰਟ ਲੱਗ ਗਏ ਹੋਣਗੇ। ਚਲੋ 10 ਮਿੰਟ ਲੱਗ ਗਏ, ਅਸੀਂ ਵਾਪਸ ਆਏ, ਅਸੀਂ ਗੱਡੀ ਆਪਣੀ ਮੋੜਨ ਲੱਗੇ। ਜਦੋਂ ਅਸੀਂ ਆਪਣੀ ਗੱਡੀ ਮੋੜੀ, ਇਹਨਾਂ ਨੂੰ ਲੱਗਾ ਕਿ ਦੌੜਨ ਲੱਗੇ ਨੇ, ਕਿ ਪੈਸੇ ਨਹੀਂ ਦੇ ਕੇ ਜਾ ਰਹੇ, ਦੌੜਨ ਲੱਗਿਆ। ਜੋ ਅਸੀਂ ਆਪਣੀ ਗੱਡੀ ਮੋੜੀ, ਇਹਨਾਂ ਨੇ ਨਾ ਗੱਡੀ ਨੂੰ ਜ਼ੋਰ ਕੀ ਐਂ ਮਾਰਿਆ, ਗੱਡੀ ਦੇ ਸ਼ੀਸ਼ੇ ਤੋੜਨ ਵਾਲੇ, ਜਿੱਦਾਂ ਇੱਦਾਂ ਇੱਦਾਂ ਕਰਕੇ ਲੁੱਕੋ ਵੀ ਤੁਸੀਂ ਕਿੱਥੇ ਚੱਲੇ ਹੋ। ਜਦੋਂ ਅਸੀਂ ਗੱਡੀ ਰੋਕੀ ਅਤੇ ਆਉਂਦੇ ਹੀ ਬਹਿਸ਼ ਸਹੀਆ ਹੋ ਗਿਆ, ਇਹਨਾਂ ਨੇ ਬਹਿਸ਼ ਕੀਤੀ ਕਿ ਤੁਸੀਂ ਤਾਂ ਦੌੜਦੇ ਪਏ ਹੋ, ਤੁਸੀਂ ਪੈਸੇ ਨਹੀਂ ਦੇ ਰਹੇ। ਮੈਂ ਕਿਹਾ ਦੇਖੋ ਵੀਰ, ਸ਼ਹਿਰੀ ਭਾਜੀ ਦੀ ਇਹ ਪਾਰਕਿੰਗ ਆ, ਇੱਥੇ ਭਾਜੀ ਬਹਿੰਦੇ ਆ। ਅਸੀਂ ਮੈਂ ਕਿਹਾ ਸ਼ਹਿਰੀ ਭਾਈ ਨਾਲ ਗੱਲ ਕਰਾ ਦਿੰਦੇ, ਜੇ ਬਾਹਰੀ ਗੱਲ ਅਸੀਂ ਦੌੜਦੇ ਥੋੜ੍ਹੇ ਪਏ ਹਾਂ। ਅਤੇ ਜਦੋਂ ਇੰਨੀ ਗੱਲ ਹੋਈ, ਇਹਨਾਂ ਨੇ ਕੀ ਕੀਤਾ ਜੀ, ਇੱਕੋ ਵਿੱਚੋਂ ਗਰਮ ਖਿਆਲੀ ਆਇਆ, ਉਹ ਆਉਂਦੇ ਹੀ ਕਹਿੰਦਾ ਤੂੰ ਇੱਦਾਂ ਭੈਣ ਮਾਂ ਦੀ ਗਾਲ ਕੱਢੀ, ਮੇਰੇ ਪੈ ਗਿਆ, ਉਹ ਸਿੱਧਾ ਹੀ ਆ ਗਏ। ਅਤੇ ਇੱਕ ਨਾਲ ਸਾਡੇ ਗੋਰ ਸਿੰਘ ਸੀਗਾ, ਉਹਦੇ ਵੀ ਆ ਕੇ ਪੈ ਗਿਆ ਗਲੋ, ਅਤੇ ਸਾਡੀ ਦਾੜੀ ਨੂੰ ਫੜਿਆ ਜਦੋਂ ਆ ਗਏ ਨੇ। ਦੇਖੋ ਦਾੜੀ ਨੂੰ ਫੜਿਆ, ਉੱਤੋਂ 2 ਜਣਿਆਂ ਨੂੰ ਹੋਰ ਵੀ ਸਾਡੇ ਥੱਪੜਾਂ ਚੜੀਆਂ, ਠੀਕ ਹੈ ਜੀ। ਫਿਰ ਅਸੀਂ ਗੁੱਸੇ ਵਿੱਚ ਆ ਗਏ, ਅਸੀਂ ਉਹਨਾਂ ਨੂੰ ਮਤਲਬ ਕਿ ਮਿਆਨ ਸਮੇਤ, ਜਿੱਦਾਂ ਮਿਆਨ ਤੋਂ ਬਾਹਰ ਨਹੀਂ ਕੱਢੀ ਤੇਗ, ਮਿਆਨ ਦੇ ਸਮੇਤ ਅਸੀਂ ਉੱਦਾਂ ਹੀ ਮਾਰਿਆ। ਸਾਨੂੰ ਨਹੀਂ ਪਤਾ ਉਹਨਾਂ ਦੀ ਜ਼ਿਆਦਾ ਲੱਗ ਗਈ ਹੈ ਜਾਂ ਘੱਟ ਲੱਗੀ ਆ, ਠੀਕ ਹੈ ਜੀ। ਜੋ ਉਹਨਾਂ ਨੇ ਕੀਤਾ, ਸਾਡੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਸਾਡੀ ਦਾੜੀ ਫੜੀ ਆ। ਜੇ ਆਪਾਂ ਕਿਸੇ ਵੀ ਸਿੰਘ ਦੀ ਦਾੜੀ ਨੂੰ ਹੱਥ ਪਾਈਏ ਤਾਂ ਇਹ ਧਰਮ ਦੀ ਗੱਲ ਆ ਜਾਂਦੀ ਆ। ਆਰੋਪ ਹੈ ਤੁਸੀਂ ਕਿਰਪਾਨ ਕੱਢੀ, ਕਿਰਪਾਨ ਕਰਕੇ ਉਹਨਾਂ 'ਤੇ ਹਮਲਾ ਕੀਤਾ, ਜਿਸ ਕਾਰਨ ਮੁੰਡੇ ਦਾ ਜਿਹੜਾ ਦੇਰੇ ਇਲਾਜ ਸਿਵਲ ਹਸਪਤਾਲ, ਉਹਦਾ ਕੰਨ ਕੱਟਿਆ ਗਿਆ ਅਤੇ ਗੁੱਟ ਵੀ ਉੱਤਰ ਗਿਆ। ਦੇਖੋ ਅਸੀਂ ਨਹੀਂ ਕੋਈ ਇਹੋ ਜਿਹਾ ਆਈ, ਅਸੀਂ ਆਪਣੀ ਆਪਣੇ ਪੱਲੋਂ ਤਾਂ ਨਹੀਂ ਇਹ ਹੋਈ, ਰੰਜਿਸ਼ ਨਹੀਂ ਹੈਗੀ ਸਾਨੂੰ ਕੋਈ। ਇਹ ਜੋ ਹੋਇਆ ਅਚਾਨਕ ਹੋਇਆ, ਜੋ ਉਹਨਾਂ ਨੇ ਕੀਤਾ, ਦੇਖੋ ਉਹਨਾਂ ਨੇ ਆਉਂਦੇ ਪਹਿਲਾਂ ਸਾਡੀ ਦਾੜੀ ਨੂੰ ਹੱਥ ਪਾਇਆ, ਸਾਡੇ ਇੱਥੇ ਕੇਸ ਫੜੇ, ਉਦੋਂ ਪੱਗ ਨੂੰ ਹੱਥੀ ਪਾਉਣ ਦੀ ਕੋਸ਼ਿਸ਼ ਕੀਤੀ, ਮਗਰ ਮਹਾਰਾਜ ਦੀ ਕਿਰਪਾ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਆਪਣੇ ਆਪ ਨੂੰ ਬਹੁਤ ਬਚਾਇਆ। ਉਹ ਸਾਰੇ ਇਕੱਠੇ ਮੰਡੀਰ ਪਈ ਆ। ਯਾਨੀ ਕਿ ਤੁਸੀਂ ਆਪਣੇ ਬਚਾਅ ਦੇ ਵਿੱਚ ਹਥਿਆਰ ਨੂੰ ਯਾਨੀ ਕਿ ਚਲਾਇਆ ਵੀ ਆ? ਨਹੀਂ ਨਹੀਂ, ਆਪਣੇ ਬਚਾਅ ਲਈ, ਬਚਾਅ ਲਈ, ਮਗਰ ਮਿਆਨ 'ਚੋਂ ਨਹੀਂ ਕੱਢੀ ਤੇਗ, ਮਿਆਨ 'ਚੋਂ ਕਿਰਪਾਨ ਨਹੀਂ ਨਿਕਾਲੀ, ਮਿਆਨ ਦੇ ਸਮੇਤ ਹੀ, ਜਿੱਦਾਂ ਮਿਆਨ ਦੇ ਸਮੇਤ ਮਾਰੀ ਆ। ਉਹ ਵੀ ਅਸੀਂ ਆਪਣੇ ਵੱਲੋਂ ਕੋਈ ਰੰਜਿਸ਼ ਨਹੀਂ ਸੀਗੀ ਕਿ ਅਸੀਂ ਜੇ ਉਹਨਾਂ ਪੜਾਸ ਕੱਢੀ, ਇਹੋ ਜਿਹਾ ਕੋਈ ਨਹੀਂ ਸੀਗਾ ਸਾਡੇ ਵਿੱਚ। ਕੌਣ ਕੌਣ ਬੰਦੇ ਘਾਇਲ ਹੋਏ ਆ? ਘਾਇਲ ਸਾਡੇ ਨਾਲ ਇੱਕ ਸਿੰਘ ਸੀਗਾ, ਉਹ ਵੀ ਹੋਇਆ ਆ, ਠੀਕ ਹੈ ਜੀ, ਉਹ MLA ਕਟਾਣ ਗਏ। ਜਿਸ ਥਾਂ ਵਾਰਦਾਤ ਹੋਈ ਉਸ ਤੋਂ ਕੁਝ ਹੀ ਦੂਰੀ 'ਤੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ। ਜਦ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਰ ਬਾਈ ਮਸਲਾ ਕਿਸ ਚੀਜ਼ ਦਾ? ਮੈਂ ਤਾਂ ਨਾਕੇ 'ਤੇ ਖੜਾ ਬ੍ਰਦਰ ਇਸ ਟਾਈਮ। ਕੁਛ ਹੀ ਕਦਮਾਂ ਜੇ ਪਿੱਛੇ ਗੱਲ ਕਰੀਏ, ਕੁਛ ਹੀ ਕਦਮ ਪਿੱਛੇ ਇੱਥੇ ਦੋ ਪਾਰਟੀਆਂ ਦੀ ਲੜਾਈ ਹੋਈ ਹੈ। ਅੱਛਾ ਜੀ, ਤੁਹਾਡੇ ਮੁਲਾਜ਼ਮ ਵੀ ਉੱਥੇ ਗਏ ਆ, ਤੁਹਾਡੇ ਮੁਲਾਜ਼ਮ ਨੇ ਤੁਹਾਨੂੰ ਕੀ ਦੱਸਿਆ?
ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਰਿਗਾਰਡਿੰਗ ਸਿਵਲ ਹੋਸਪਿਟਲ ਗਿਆ ਆਈ ਉਹ ਪਤਾ ਕਰਨ ਵੀ ਕੀ ਇੰਸੀਡੈਂਟ ਹੋਇਆ ਜਦੋਂ ਉਹਨਾਂ ਨੇ ਸਟੇਟਮੈਂਟ ਦੇਣੀ ਉਹਦੇ ਅਕੋਰਡਿੰਗ ਟੂ ਕਾਰਵਾਈ ਕਰ ਦਾਂਗੇ ਅਜੇ ਤੱਕ ਸਟੇਟਮੈਂਟ ਹੀ ਰਿਕਾਰਡ ਨਹੀਂ ਵੀ ਉਹਨਾਂ ਨੇ ਕੁਝ ਦੱਸਿਆ ਨਹੀਂ ਕਿ ਵੀ ਕਾਰਨ ਕੀ ਹੈ ਲੜਾਈ ਦਾ ਜਦੋਂ ਉਹ ਦੱਸ ਦੇਣਗੇ ਤਾਂ ਉਹਦੇ ਬਾਅਦ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਕਾਰਨ ਕੀ ਹੈ ਜਿੱਥੇ ਲੜਾਈ ਹੋਈ ਆ ਆਈ ਓ ਤੁਹਾਡਾ 15 ਮਿੰਟ ਉੱਤੇ ਖੜਾ ਰਿਹਾ 15 ਮਿੰਟ ਸਿਵਲ ਹਸਪੀਟਲ ਖੜਾ ਰਿਹਾ ਤੁਹਾਡੇ ਆਈ ਓ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਹਾਲੇ ਤੱਕ ਆਈ ਓ ਨੇ ਦੱਸਿਆ ਕਿ ਲੜਾਈ ਹੋਈ ਹੈ ਬਟ ਇਹ ਨਹੀਂ ਕਾਰਨ ਕੀ ਹੈ ਲੜਾਈ ਦਾ ਇਹ ਨਹੀਂ ਦੱਸਿਆ ਸਰ ਤੁਸੀਂ ਮੌਕੇ 'ਤੇ ਆ ਕੇ ਤੁਸੀਂ ਪਿੱਛੇ ਨੂੰ ਨਿਕਲ ਗਏ ਸੀਗੇ ਗੱਡੀ 'ਤੇ ਭੱਜਣ ਦੇ ਨੀ ਜਿਹੜਾ ਬੰਦਾ ਇੱਥੇ ਲੜਾਈ ਹੋਈ ਸੀ ਉਹਨਾਂ ਨੂੰ ਆਪਾਂ ਥਾਣੇ ਲੈ ਕੇ ਗਏ ਨੇ ਉਹ ਥਾਣੇ ਸਾਡੇ ਕੋਲ ਹੈਗਾ ਇਸ ਟਾਈਮ ਉਹਨਾਂ ਨੂੰ ਪੁੱਛ ਕੇ ਦੱਸਦੇ ਉਹ ਜਿਹੜੇ ਸਿਵਲ ਹਸਪੀਟਲ ਤੋਂ ਉੱਥੇ ਗਾਂ ਰੈਫਰ ਕੀਤੇ ਜਿੱਥੇ ਵੀ ਹਸਪੀਟਲ 'ਚ ਹੋਣਗੇ ਉੱਥੇ ਟਾਈ ਅਪ ਕਰ ਲੈਂਦੇ ਵੀ ਕਿਆ ਕਾਰਨ ਕੀ ਹੈ ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ